सीड फार्मिंग के नज़दीक केंद्र सरकार वालों नैशनल हाईवे कढ़िया जाना है, जिसनों लैके किसाना अते चार पिंडा की पंचायत ने धरना केंद्र सरकार के खिलाफ दिता है अते मुआवजे की मांग की है। इस मौके विधायक संदीप जाखड़ अते श्रोमणी अकाली दल दे हरविंदर सिंह हैरी धरने दे विच शामिल होए ते उन्होंने सही मुआवजे की मांग की है। प्रदर्शन कर रहे पिंड वालियां अते किसान यूनियन दे नेतावां ने दस्या कि बंटवारे तो बाद बड़ी मेहनत नाल लोकां ने इन्हां जमीनां नूं संवारिया अते कई जगह दे उत्ते लोकां दे घर भी ने, लेकिन इस दे लई सही मुआवजा सरकार नहीं दे रही अते इस दे लई ओह मांग कर रहे ने। दस दे कि मामला अबोहर दा जिथे केंद्र सरकार वालों नैशनल हाईवे लई रस्ता कढ़िया जाना है ते इह लोकां दीआं जमीनां ने अते लोक इस संबंधी सरकार तो सही मुआवजे की मांग कर रहे ने। इस मौके विधायक संदीप जाखड़ ने कहा कि 40 किले जमीन नूं एक्वायर किया जाना है ते इस नूं लैके पिंड वालियां दे मन दे विच कई शक ने, जिस नूं लैके ओह प्रशासनिक अधिकारियों नाल गल कर रहे ने ते जो भी शक पिंड वालियां दे मन दे विच है उस नूं दूर करन लई ओह वकीलां नूं नाल लैके प्रशासनिक अधिकारियों नाल इस संबंधी पूरी जानकारी हासिल करनगे। उन्होंने कहा कि पिंड वालियां नूं जमीन दा सही मुआवजा मिलना चाहिए। ਸੀਗਾ ਵੀ ਇੱਥੇ ਕੋਈ ਪੈਲੀ ਮੈਂ ਖਿਆਲ 40 ਕਿੱਲੇ ਪੈਲੀ ਐਕਵਾਇਰ ਹੋਣੀ ਹੈ, ਉਹਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਕੁਝ ਸ਼ੰਕਾਵਾਂ ਹੈਗੀ ਹੈ, ਉਹਦੇ ਮੁਆਵਜ਼ੇ ਦੇ ਪ੍ਰਤੀ ਲੋਕਾਂ ਦੇ ਮਨ 'ਚ ਕੁਝ ਸ਼ੰਕਾਵਾਂ ਹੈਗੀ ਹੈ। ਅਸੀਂ ਕੱਲ੍ਹ ਵੈਸੇ ਤਾਂ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਸੀ ਵੀ ਇੱਕ ਵਾਰ ਕਿਸੇ ਨੂੰ ਨਾ ਭੇਜੋ, ਹੁਣ ਅਸੀਂ ਟਾਈਮ ਲਿੱਤਾ ਹੈ, ਜਿਹੜੇ DC ਮੈਡਮ ਤਾਂ ਅੱਜ ਹੈ ਨਹੀਂ, SDM ਸਾਹਿਬ ਉੱਥੇ ਫਾਜ਼ਿਲਕਾ ਉੱਥੇ ਜਾਵਾਂਗੇ, ਅਸੀਂ ਰੈਵਨਿਊ ਮਹਿਕਮੇ ਤੋਂ ਵੀ ਆਏ ਹੋਏ ਨਾਲ ਸਾਡੇ, ਐਂਡ ਉੱਥੇ ਜਾ ਕੇ ਮੈਂ ਆਪ ਨਾਲ ਜਾਊਂਗਾ, ਵਕੀਲ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਅਤੇ ਉੱਥੇ ਪਹਿਲੇ ਤਾਂ ਸਾਰਾ ਕਾਗਜ਼ੀ ਮੇਲ ਮਿਲਾਪ ਕਰਾਂਗੇ, ਉੱਥੇ ਸਾਰੀ ਡਿਸਕਸ ਕਰਕੇ ਵੀ ਅੱਗੇ ਕੀ ਆਪਸ਼ਨ ਹੈ ਅਤੇ ਉੱਥੇ ਅੱਗੇ ਜਿਹੜੀ ਕਾਨੂੰਨੀ ਲੜਾਈ ਲੜਨੀ ਹੈ ਕਿਵੇਂ ਵੀ ਹੈ। ਮੇਨ ਮੁੱਦਾ ਜਿਵੇਂ ਸਾਰੇ ਦੱਸ ਰਹੇ ਹੈ, ਸਾਰੇ ਆਪਣੇ ਕਿਸਾਨ ਭਰਾ ਭੈਣਾਂ ਸਾਰੇ ਬੈਠੇ ਹੈ ਅਤੇ ਵੀ ਐਕਵਾਇਰ, ਚਲੋ ਐਕਵਾਇਰ ਤਾਂ ਹਰ ਪਾਸੇ ਹੀ ਸੜਕਾਂ ਵੀ ਬਣ ਰਹੀਆਂ, ਸਾਰਾ ਕੁਛ ਰੂਟੀਨ ਦੇ ਵਿੱਚ ਕੰਮ ਚੱਲਦਾ ਰਹਿੰਦਾ, ਪਰ ਜੇ ਕੋਈ ਐਕਵਾਇਰ ਹੋਵੇ ਕੱਲ੍ਹ ਨੂੰ, ਪਹਿਲੀ ਗੱਲ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਥੋੜ੍ਹਾ ਬਹੁਤ ਉਹਦੇ ਵਿੱਚ ਗਾਂ ਪਿਛਾ ਕੀਤਾ ਜਾਵੇ, ਪਰ ਅਦਰਵਾਈਜ਼ ਵੀ ਕਿਸੇ ਨਾ ਕਿਸੇ ਦੀ ਤਾਂ ਪਹਿਲੀ ਆਉਣੀ, ਪਰ ਉਹ ਮੁਆਵਜ਼ਾ ਜਿਹੜਾ ਸਹੀ ਮੁਆਵਜ਼ਾ ਮਿਲਣਾ ਚਾਹੀਦਾ, ਉਹ ਸਾਡਾ ਮਤਲਬ ਸਾਰਿਆਂ ਦਾ ਡਿਮਾਂਡ ਹੈ। ਪਹਿਲੇ ਉਹਨਾਂ 'ਚ ਜਾ ਕੇ, ਇਸ ਕਰਕੇ ਮੈਂ ਅੱਗੇ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਪਹਿਲੇ ਉੱਥੇ ਬਹਿ ਕੇ ਮਹਿਕਮੇ ਨਾਲ ਸਮਝ ਤਾਂ ਲਈਏ ਵੀ ਇਸ਼ੂ ਕੀ ਹੈ, ਕੀ ਮਤਲਬ ਅੱਗੇ ਆਪਸ਼ਨ ਸਾਡੇ ਕੋਲ ਕੀ ਹੈ, ਉਹ ਫਿਰ ਕਰਕੇ ਅੱਗੇ ਗੱਲ ਕਹਿਣਾ ਚਾਹਾਂਗੇ। ਜਿਨ੍ਹਾਂ ਨੇ ਕਈ ਸਾਲਾਂ ਤੋਂ ਜੰਗਲ ਕੱਟ ਕੇ ਪੈਲੀਆਂ ਬਣਾਈਆਂ, ਪੈਲੀਆਂ ਗੱਡੀਆਂ ਔਰ ਕੁੱਤਾਂ ਵਾਂਗ ਪਾਲੀਆਂ, ਅੱਜ ਸੈਂਟਰ ਸਰਕਾਰ ਵੱਲੋਂ ਇੱਕ ਬਾਈਪਾਸ ਜੋ ਨਿਕਲ ਰਿਹਾ, ਉਹ ਬਾਈਪਾਸ ਤਾਂ ਜ਼ਰੂਰ ਚਲੋ ਨਿਕਲੇ, ਕੋਈ ਦਿੱਕਤ ਨਹੀਂ ਹੈ, ਪਰ ਇੰਨਾ ਟਾਈਮ ਪਾਲਿਆ, ਸਰਕਾਰ ਨੂੰ ਇਹ ਚਾਹੀਦਾ ਵੀ ਇਸ ਪੈਲੀ ਨੂੰ ਵਾਸਤੇ ਜੋ ਮੁਆਵਜ਼ਾ ਮਿਲਦਾ ਉਹ ਦਿੱਤਾ ਜਾਵੇ। ਮੁਆਵਜ਼ਾ ਦੇਣਗੇ ਤਾਂ ਚੱਲ ਲੋਕ ਆਪਣੇ ਵਿਚਾਰੇ ਅਲੱਗ ਜਾ ਕੇ ਘਰ ਜਾਂ ਪੈਲੀ ਲੈ ਸਕਦੇ ਆ। ਹੁਣ ਜਿਵੇਂ ਕਿ ਕਈਆਂ ਨੇ ਘਰ ਬਣਾਏ ਪੱਕੇ, ਜਿਨ੍ਹਾਂ ਨੇ ਕੋਠੀ ਦੇ ਪੈਸੇ ਲਾਏ ਆ ਜਾਂ ਘਰ ਬਣਾ ਕੇ ਪੈਸੇ ਲਾਏ ਆ, ਅੱਜ ਉਹ ਘਰ ਕਿੱਧਰ ਜਾਣਗੇ ਵਿਚਾਰੇ। ਇਹ ਸਰਕਾਰ ਨੂੰ ਚਾਹੀਦਾ ਔਰ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣਾ ਕੋਈ ਅਲੱਗ ਟਿਕਾਣਾ ਬਣਾ ਸਕਣ। ਸਾਡਾ ਮਸਲਾ ਇਹ ਆ, ਅਸੀਂ ਇੱਥੋਂ ਆਬਾਦ ਕਰ ਚੁੱਕੇ ਨੇ, ਜਿਹੜੀ ਆਪਣੀ ਸੜਕ ਤੋਂ ਲੈ ਕੇ ਇਹ ਜ਼ਮੀਨ ਦੀ, ਅਸੀਂ ਸਰਕਾਰ ਨੇ ਸਾਨੂੰ ਬੁਲਾ ਕੇ ਵਾਹ ਕੇ ਇਹ ਬੰਜਰ ਪੱਟਣ ਵਾਸਤੇ ਪੱਟਿਆ ਲੋਕਾਂ ਨੇ, ਫਿਰ ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਤੋਂ 1947 ਦੇ ਵਿੱਚ ਲੋਕ ਉੱਜੜ ਕੇ ਆਏ, ਉਹਨਾਂ ਨੂੰ ਵੀ ਸਰਕਾਰ ਨੇ ਵਾਹਿਆ ਇੱਥੇ ਆਪ ਵੀ ਇਹ ਜ਼ਮੀਨ ਬੰਜਰ ਪੁੱਟੋ ਅਤੇ ਜ਼ਮੀਨ ਵਾਹੋ ਅਤੇ ਆਪ ਵੀ ਖਾਓ ਅਤੇ ਸਰਕਾਰ ਨੂੰ ਦਿਓ। ਅਸੀਂ ਸਰਕਾਰ ਨੂੰ ਪਹਿਲਾਂ ਸਾਡਾ ਅੱਧੋ ਚੱਲਦਾ ਸੀ, ਅੱਧ ਦਿੰਦੇ ਸੀ, ਜਦੋਂ ਸਰਕਾਰ ਅਤੇ ਸਾਡੇ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਾ ਸੀ, ਫਿਰ ਲੋਕਾਂ ਨੇ ਸੰਘਰਸ਼ ਕੀਤਾ, ਸਾਡੇ ਬਜ਼ੁਰਗਾਂ ਨੇ ਫਿਰ 2 ਸਿਆਸੀ ਰੱਖਣ ਲੱਗ ਗਏ, ਇੱਕ ਹਿੱਸਾ ਸਰਕਾਰ ਦੇਣ ਲੱਗ ਗਏ, ਫਿਰ ਇਹ ਬੇਈਮਾਨ ਜਿਹੜੇ ਇੱਥੇ ਮੈਨੇਜਮੈਂਟ ਸੀਗੇ ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ ਚਾਰ ਕੱਲੇ ਦਿੰਦੇ ਸੀ, ਚਾਰ ਖਾਣ ਵਾਸਤੇ ਢਿੱਡ ਭਰੋ, ਬਾਕੀ ਦਾਣਾ ਨਹੀਂ ਦਿੰਦੇ ਸੀ। ਲੋਕਾਂ ਨੇ ਫਿਰ ਸੰਘਰਸ਼, ਇਹ ਬੇਈਮਾਨਾਂ ਲੋਕਾਂ ਨੇ ਫਿਰ ਕਨਕੂਤ ਸਿਸਟਮ ਲਾਗੂ ਕਰਤਾ, ਕਨਕੂਤ ਮਤਲਬ ਕਿੱਲੇ ਦੀ ਉਹਨਾਂ ਉਪਜਾਊ ਵੇਖਣੀ ਕਿ ਇੱਕ ਮਰਲਾ ਵੱਢ ਕੇ ਵੀ ਕਿੰਨੀ ਨਿਕਲਦੀ ਆ, ਵੀ 40 ਮਣ ਦਾ ਇਹਨਾਂ ਰੱਖੇ, 40 ਮਣ ਕਿੱਲੇ ਦੀ ਜ਼ਮੀਨ ਦੇ ਤੁਹਾਡੇ ਕੋਲ ਲੜੀਏ, ਤੁਹਾਡੀ 25 ਮਣ ਨਿਕਲਦੀ ਆ, 20 ਮਣ ਨਿਕਲਦੀ ਆ, ਅਸੀਂ 40 ਮਣ ਦਾ ਤੁਹਾਡੇ ਕੋਲ ਹਿੱਸਾ ਲਵਾਂਗੇ। ਲੋਕਾਂ ਨੂੰ ਜਦੋਂ ਕਿਸੇ ਨੂੰ ਦਬਾਵਾਂਗੇ ਤਾਂ ਫਿਸਲੇ ਕੇ ਉਸ ਤੋਂ ਬਾਅਦ ਲੋਕਾਂ ਦਾ ਗੁਬਾਰਾ ਫੁੱਟਦਾ।